ਆ ਬੰਦਿਆਂ ਨੂੰ ਸਲਾਮ ਆ ਯਾਰ, ਇਹ ਆ ਮਿਹਨਤ ਦੀ ਤੇ ਪਸੀਨੇ ਦੀ ਕਮਾਈ। ਆ ਵੇਖੋ ਤੁਸੀਂ ਕਿੰਨਾ ਭਾਰ ਲੱਦਿਆ ਇਹਨਾਂ ਨੇ, ਇਹ ਕਮਾਲ ਕਰਦੇ ਨੇ ਬੰਦੇ। ਆ ਸਾਡੇ ਕੋਲੋਂ ਇੱਕ ਇੱਕ ਬੈਗ ਆ, ਨਿੱਕੇ ਨਿੱਕੇ ਜਿਹੇ ਬੈਗ ਨੇ, ਇਹ ਪਾ ਕੇ ਵੀ ਚੜਿਆ ਨਹੀਂ ਜਾਂਦਾ। ਤੇ ਆਹ ਵੇਖ ਲਓ ਇਹਨਾਂ ਨੇ 10-15 ਬੈਗ ਲੱਦੇ ਪਏ ਨੇ। ਬਾਈ ਕਿੰਨਾ ਵੇਟ ਹੋਊਗਾ ਇਹ? 40-45 ਕਿਲੋ। ਹਾਂ 40-45 ਕਿਲੋ ਬੰਦਾ ਇਹਨੇ ਲੈ ਕੇ ਚੜ੍ਹਨਾ, ਨਹੀਂ ਤਾਂ ਇਕੱਲਾ ਬੰਦਾ ਵੀ ਚੜ੍ਹ ਨਹੀਂ ਸਕਦਾ ਇਹ, ਖਾਲੀ ਬੰਦਾ ਹੀ। ਪਰ ਇਹ ਪੂਰੀ ਮਿਹਨਤ ਕਰਦੇ ਨੇ ਅਤੇ ਤਕਰੀਬਨ 8 ਕਿਲੋਮੀਟਰ ਇਹਨਾਂ ਨੇ ਇੱਦੀ ਚੜ੍ਹ ਕੇ ਆਏ ਨੇ। ਜਿਵੇਂ ਅਸੀਂ ਵੀ 8 ਕਿਲੋਮੀਟਰ ਦਾ ਟਰੈਕ ਕੀਤਾ ਅਤੇ ਪੂਰਾ ਥੱਕੇ ਪਏ ਹਾਂ, ਪਰ ਇਹ ਬੰਦੇ ਥੱਕਦੇ ਨਹੀਂ, ਕਮਾਲ ਆ। ਥੱਕਦਾ ਹੁੰਦਾ ਪਰ ਰੋਟੀ ਲਈ ਬੰਦਾ ਕੀ ਕੁਛ ਨਹੀਂ ਕਰਦਾ, ਇਹ ਅਸਲ ਮਿਹਨਤ ਆ। ਨਹੀਂ ਤਾਂ ਕਈ ਆਪਾਂ ਵੇਖਦੇ ਹਾਂ ਵੀ ਬੰਦੇ ਭੀਖ ਮੰਗਣ ਲੱਗ ਪੈਂਦੇ ਚੰਗੇ ਭਲੇ, ਅਤੇ ਇਹ ਵੀ ਬੰਦੇ ਇੱਥੋਂ ਇਹਨਾਂ ਪਹਾੜਾਂ ਦੇ ਨਹੀਂ ਹੈ, ਇਹ ਬੰਦੇ ਦੱਸ ਰਹੇ ਨੇ ਬਾਈ ਸੀਜ਼ਨ 'ਚ ਆਉਂਦੇ ਨੇ। ਬਾਈ ਕਿਹੜੀ ਜਗ੍ਹਾ ਤੋਂ ਤੁਸੀਂ? ਨੇਪਾਲ ਜੀ। ਨੇਪਾਲ ਤੋਂ? ਨੇਪਾਲ ਤੋਂ ਕਿੱਥੋਂ? ਨੇਪਾਲ ਸੁਰਖੀਤ। ਅੱਛਾ ਠੀਕ ਆ। ਤੋ ਕਬ ਕਬ ਆਤੇ ਹੋ ਯਹਾਂ ਪੇ? ਕੌਣ ਸੇ ਸੀਜ਼ਨ ਮੇਂ ਆਤੇ ਹੋ, ਕੌਣ ਸੇ ਮਹੀਨੇ ਮੇਂ ਆਤੇ ਹੋ? ਜੀ ਹਮ ਆਜ ਹੀ ਆਏ ਹੈ। ਆਜ ਹੀ ਆਏ ਹੋ? ਓਕੇ। ਮਤਲਬ ਜੁਲਾਈ ਸ਼ੁਰੂ ਹੋਣੇ ਸੇ ਆ ਜਾਤੇ ਹੋ, ਤੋ ਰਹਤੇ ਕਬ ਤੱਕ ਹੋ ਯਹਾਂ ਪੇ? ਦੋ ਮਹੀਨੇ ਰਹਤੇ ਹੋ, ਤੋ ਠੀਕ ਆ। ਅੱਛਾ ਸੀਜ਼ਨ ਲੱਗ ਜਾਤਾ ਹੈ? ਹਾਂ ਸਰ, ਇਹ ਸੀ ਲੱਗ ਜਾਤਾ ਹੈ। ਠੀਕ ਆ। ਇੱਕ ਇੱਕ ਤਰਫ ਤੇ ਜਵਾਬ ਦਿਓ, ਕਿੰਨੇ ਪੈਸੇ ਲੱਗਦੇ ਹੈ? ਪੈਸੇ ਕਿੰਨੇ ਚਾਰਜ ਕਰਦੇ ਹੋ ਆਪ? 1300 ਰੁਪਏ ਸਰ। 1300 ਰੁਪਈਆ ਇੱਧਰ ਹੈਲੀਕਾਪਟਰ ਆ ਗਿਆ। ਬੰਦੇ ਜਿਨ੍ਹਾਂ ਤੋਂ ਵੱਧ ਪੈਸੇ ਆ ਉਹ ਹੈਲੀਕਾਪਟਰ 'ਤੇ ਖੁਦ ਰਾਈਡ ਕਰ ਲੈਂਦੇ ਆ। ਹੈਲੀਕਾਪਟਰ 'ਤੇ 3000 ਰੁਪਈਆ ਲੱਗਦਾ 8-9 ਕਿਲੋਮੀਟਰ ਸਫ਼ਰ ਤੈਅ ਕਰਨ ਦਾ। ਅਤੇ ਹਾਂ ਕਈ ਮਜ਼ਬੂਰੀ ਨੂੰ ਕਰਦੇ ਆ, ਕਈ ਸ਼ੌਕ ਨੂੰ ਕਰਦੇ ਆ। ਅਤੇ ਪਰ ਆਹ ਬੰਦਿਆਂ ਦਾ ਆਹ ਜਿਹੜਾ ਕੰਮ ਆ ਨਾ, ਇਹਨੂੰ ਵੀ ਸਲਾਮ ਆ, ਇਹ ਪੂਰੀ ਮਿਹਨਤ ਨਾਲ ਕੰਮ ਕਰਦੇ ਆ। ਹਾਂ ਅਸਲ ਕਿਰਤ ਕਰਦੇ ਆ। ਕੋਈ ਨਾ ਆਰਾਮ ਕਰ ਲਓ, ਤੁਸੀਂ ਰੱਖ ਲਓ, ਕੋਈ ਨਾ ਜੇ ਰੁਕਣਾ। ਇਹਨਾਂ ਬੰਦਿਆਂ ਤੋਂ ਬੰਦਿਆਂ ਨੂੰ ਸਿੱਖਣਾ ਚਾਹੀਦਾ। ਬਾਕੀ ਆਪਾਂ ਸੋਚਦੇ ਹੁੰਦੇ ਕਿ ਜਿਹੜੇ ਬੰਦੇ ਪਹਾੜਾਂ 'ਚ ਰਹਿੰਦੇ ਆ ਉਹਨਾਂ ਦਾ ਰੁਜ਼ਗਾਰ ਕੀ ਆ, ਕੀ ਕੰਮ ਕਰਦੇ ਹੋਣਗੇ। ਤੋ ਪਹਾੜਾਂ 'ਚ ਜਿਹੜੇ ਬੰਦੇ ਰਹਿੰਦੇ ਉਹਨਾਂ ਦਾ ਰੁਜ਼ਗਾਰ ਇਹੀ ਹੈ। ਇਸ ਤੋਂ ਇਲਾਵਾ ਉਹ ਦੁਕਾਨਾਂ ਲਾ ਲੈਂਦੇ ਆ, ਕਿਉਂਕਿ ਆਪਾਂ ਵੇਖਿਆ ਕਿ ਬਹੁਤ ਸਾਰੇ ਬੰਦੇ ਦੁਕਾਨਾਂ ਲਾ ਲੈਂਦੇ ਨੇ, ਸਮਾਨ ਵੇਚਦੇ ਨੇ ਲਿਆ ਕੇ ਉਹ, ਹੈ ਨਾ। ਅਤੇ ਆਪਾਂ ਇਹ ਵੀ ਕਹਿੰਦੇ ਹਾਂ ਵੀ ਦੁੱਗਣੇ ਰੇਟ 'ਤੇ ਵੇਚ ਰਹੇ ਆ, ਤਿੱਗਣੇ 'ਤੇ ਵੇਚ ਰਹੇ ਆ। ਪਰ ਅੱਜ ਸਾਨੂੰ ਅਹਿਸਾਸ ਹੋਇਆ ਕਿ ਉਹ ਜੋ ਸਮਾਨ ਆ ਜਦੋਂ ਚੜ੍ਹਾਉਣਾ ਹੈ ਉੱਪਰ, ਅਤੇ ਉਹਦੀ ਲੇਬਰ ਵੀ ਲੱਗਣੀ ਹੈ। ਤੋ ਐਵੇਂ ਨਹੀਂ 20 ਵਾਲੀ ਬੋਤਲ 40 ਦੀ ਮਿਲਦੀ ਇੱਥੇ, ਉਹਦੇ ਪਿੱਛੇ ਕਾਰਨ ਆ, ਮਿਹਨਤ ਹੈ, ਲੇਬਰ ਹੈ। ਅਤੇ ਆਹ ਬਾਈਆਂ ਨੂੰ ਸਲਾਮ ਆ ਵੈਸੇ, ਅਤੇ ਇੱਦਾਂ ਹੀ ਇਹਨਾਂ ਦੇ ਹੱਡ ਪੈਰ ਚੱਲਦੇ ਰਹਿਣ ਅਤੇ ਇਹ ਇੱਦਾਂ ਕੰਮ ਕਰਦੇ ਰਹਿਣ, ਅਤੇ ਮਿਹਨਤਾਂ ਨੂੰ ਸਲਾਮ ਆ। ਕਿਉਂ ਜੀ ਇਹ ਕਿੱਥੋਂ ਤੱਕ ਬਾਈ ਘਗਰੀਆ ਪਹੁੰਚ ਗਏ? ਇੱਥੋਂ ਤੱਕ ਹੀ ਜਾਣਾ ਆਪਾਂ? ਯਹੀ ਤੱਕ ਜਾਓਗੇ? ਠੀਕ ਹੈ, ਚਲੋ ਲੱਗੇ ਰਹੋ। ਅਗਲੇ ਪਾਸੇ ਆਪਾਂ ਨੂੰ ਆ ਜਾਣਾ ਜੀ ਗੋਬਿੰਦ ਧਾਮ। ਗੋਬਿੰਦ ਧਾਮ ਪਹੁੰਚ ਕੇ ਰੁਕਦੇ ਹਾਂ, ਬਸ ਅੱਧਾ ਕੁ ਘੰਟਾ ਹੋਰ ਤੁਰਨਾ ਪੈਣਾ।